ਕੁੱਤਿਆਂ ਨੇ ਨੋਚ ਨੋਚ ਕੇ ਮਾਰਤਾ ਫੋਰਮੈਨ, ਜੰਗਲ ਪਾਣੀ ਗਿਆ ਸੀ ਕੰਪੈਨ ਚਲਾਉਣ ਵਾਲਾ ਫੋਰਮੈਨ, ਨੋਚ ਨੋਚ ਕੇ ਕੁੱਤਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਲੋਕ ਕਹਿੰਦੇ ਕਿ ਇੰਨਾ ਕਾਲੇ ਕੱਛੇ ਵਾਲਿਆਂ ਤੋਂ ਡਰ ਨਹੀਂ ਲੱਗਦਾ ਜਿੰਨਾ ਕੁੱਤਿਆਂ ਤੋਂ ਲੱਗਦਾ ਹੈ। ਤਾਂ ਬੇਹੱਦ ਮੰਦਭਾਗੀ ਅਤੇ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇੱਕ ਸ਼ਖਸ ਜੋ ਕਿ ਖੇਤਾਂ ਦੇ ਵਿੱਚ ਕੰਪੈਨ ਚਲਾਉਂਦਾ ਸੀ, ਫੋਰਮੈਨ ਸੀ ਕੰਬੈਨ ਦਾ, ਅਤੇ ਉਹ ਅੱਜ ਤੜਕਸਰ ਖੇਤਾਂ ਦੇ ਵਿੱਚ ਜੰਗਲ ਪਾਣੀ ਗਿਆ। ਉਹ ਬੈਠਾ ਹੀ ਸੀ ਕਿ ਉਸਦੇ ਕੁੱਤੇ ਟੁੱਟ ਕੇ ਪੈ ਗਏ। ਇੱਕ ਨਹੀਂ, ਦੋ ਨਹੀਂ, ਘੱਟੋ ਘੱਟ 5 ਤੋਂ 6 ਕੁੱਤਿਆਂ ਨੇ ਇਸ ਸ਼ਖਸ 'ਤੇ ਹਮਲਾ ਕੀਤਾ, ਜਿਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਇਸ ਸ਼ਖਸ ਨੇ ਬਹੁਤ ਬਚਣ ਦੀ ਕੋਸ਼ਿਸ਼ ਕੀਤੀ, ਚੀਕਾਂ ਮਾਰੀਆਂ, ਇੱਕ ਸ਼ਖਸ ਇਸ ਨੂੰ ਬਚਾਉਣ ਵੀ ਆਇਆ, ਪਰ ਉਸ 'ਤੇ ਵੀ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਉਸਦੇ ਪੈਰ ਦਾ ਮਾਸ ਨੋਚ ਕੇ ਲੈ ਗਏ, ਉਸਦੀ ਪਿੱਠ 'ਤੇ ਨੋ ਮਾਰ ਦਿੱਤੇ। ਦੇਖ ਸਕਦੇ ਹੋ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਕੁਝ ਤਸਵੀਰਾਂ ਐਸੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ, ਕਿਉਂਕਿ ਉਹ ਦੇਖ ਕੇ ਤੁਹਾਡਾ ਦਿਲ ਦਹਿ ਜਾਏਗਾ ਅਤੇ ਘਬਰਾਹਟ ਹੋਣ ਲੱਗ ਪਏਗੀ। ਇੰਨੀ ਭਿਆਨਕ ਤਰੀਕੇ ਦੇ ਨਾਲ ਇਸ ਸ਼ਖਸ ਨੂੰ ਕੁੱਤਿਆਂ ਨੇ ਮੌਤ ਦੇ ਘਾਟ ਉਤਾਰਿਆ ਹੈ। ਦਰਅਸਲ ਮਾਮਲਾ ਨਾਭਾ ਦੇ ਪਿੰਡ ਕੱਲੇ ਮਾਜਰਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ ਹੈ। ਇੱਕ ਸ਼ਖਸ ਜਿਸ ਦੀ ਉਮਰ 44 ਸਾਲ ਦੱਸੀ ਜਾ ਰਹੀ ਹੈ, ਨਾਮ ਉਸਦਾ ਗੁਰਵਿੰਦਰ ਸਿੰਘ, ਰਹਿਣ ਵਾਲਾ ਯੂਪੀ ਦਾ ਅਤੇ ਪੰਜਾਬ ਦੇ ਵਿੱਚ ਵਾਢੀ ਦੇ ਲਈ ਆਇਆ ਸੀ, ਕਿਉਂਕਿ ਕੰਬਾਈਨ ਦਾ ਫੋਰਮੈਨ ਸੀ। ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਕਰਕੇ ਖੇਤਾਂ ਦੇ ਵਿੱਚ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ ਜੱਟਾਂ ਦੇ। ਤਾਂ ਸੋ ਕੇ ਉੱਠਿਆ, ਜੰਗਲ ਪਾਣੀ ਗਿਆ, ਬੈਠਾ ਹੀ ਸੀ ਕਿ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਇਸਨੇ ਬਹੁਤ ਬਚਣ ਦੀ ਕੋਸ਼ਿਸ਼ ਕੀਤੀ, ਚੀਕਾਂ ਮਾਰੀਆਂ, ਇੱਕ ਸ਼ਖਸ ਮਦਦ ਦੇ ਲਈ ਵੀ ਆਇਆ, ਪਰ ਇਸਦੀ ਜਾਨ ਨਹੀਂ ਬਚਾ ਪਾਇਆ। ਇਸ ਗੁਰਵਿੰਦਰ ਸਿੰਘ ਜੋ ਕਿ 44 ਸਾਲਾਂ ਦਾ ਸੀ, ਨਿੱਕੇ ਨਿੱਕੇ ਇਸਦੇ ਨਿਆਣੇ ਪਿੰਡ ਦੇ ਵਿੱਚ ਇਸ ਦੀ ਉਡੀਕ ਕਰ ਰਹੇ ਹੋਣਗੇ, ਪਰ ਉਹਨਾਂ ਦਾ ਪਿਤਾ ਦੀ ਮੌਤ ਖੇਤਾਂ ਦੇ ਵਿੱਚ ਹੋ ਗਈ ਹੈ। ਇਹਨਾਂ ਕੁੱਤਿਆਂ ਦੇ ਵੱਲੋਂ ਕੀਤੇ ਹੋਏ ਹਮਲੇ ਦਾ ਕੀ ਸਰਪੰਚ ਨੂੰ ਪਿੰਡ ਦੇ ਜਾਂ ਫਿਰ ਮਿਊਂਸੀਪਲ ਕਾਰਪੋਰੇਸ਼ਨ ਦੇ ਵੱਲੋਂ ਇਹਨਾਂ ਕੁੱਤਿਆਂ ਦੀ ਨਸਬੰਦੀ ਕਰਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਸੰਖਿਆ ਘਟੇ, ਜਾਂ ਫਿਰ ਇਹਨਾਂ ਨੂੰ ਰੈਸਕਿਊ ਕਰਕੇ ਕਿਸੇ ਸੁਰੱਖਿਅਤ ਥਾਂ 'ਤੇ ਛੱਡ ਦੇਣਾ ਚਾਹੀਦਾ ਹੈ ਤਾਂ ਕਿ ਇਹ ਵੀ ਖੁਸ਼ੀ ਰਹਿਣ ਅਤੇ ਜਿਹੜੇ ਲੋਕ ਇਸ ਪਿੰਡ 'ਚ ਵੱਸ ਰਹੇ ਨੇ ਉਹ ਵੀ ਆਪਣੇ ਘਰਾਂ ਤੋਂ ਆਰਾਮ ਦੇ ਨਾਲ ਬਾਹਰ ਨਿਕਲਣ ਸਕਣ, ਉਹਨਾਂ ਦੇ ਬੱਚੇ ਗਲੀਆਂ 'ਚ ਖੇਡ ਸਕਣ। ਤਾਂ ਦੱਸਦੀ ਹੈ ਕਿ ਇਸ ਪਿੰਡ ਦੇ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ। ਉਹਨਾਂ ਦਾ ਕਹਿਣਾ ਹੈ ਕਿ ਇੰਨਾ ਡਰ ਸਾਨੂੰ ਕਾਲੇ ਕੱਛੇ ਵਾਲਿਆਂ ਤੋਂ ਨਹੀਂ ਲੱਗਿਆ ਜਿੰਨਾ ਇਹਨਾਂ ਕੁੱਤਿਆਂ ਤੋਂ ਲੱਗਦਾ ਹੈ। ਇਹ ਜੀ ਫੋਰਮੈਨ ਕੰਪੈਨ 'ਤੇ ਕਾਫ਼ੀ ਬਹੁਤ ਜ਼ਿਆਦਾ ਵੱਡੇ ਆਏ ਕੁੱਤਿਆਂ ਨੇ, ਸਿਰ ਦੇ ਵਾਲ ਵਗੈਰਾ ਸਾਰੇ ਪੁੱਟਦੇ ਆ। ਅਮਰਧਾਰੀ ਸੀ? ਹਾਂਜੀ, ਗਿਆਨੀ ਸਿੱਖ ਸੀ ਆਪਣੇ, ਪਿੱਛੋਂ ਯੂਪੀ ਤੋਂ। ਅੱਛਾ, ਇੱਧਰ ਜੀ ਕੰਪੈਨ 'ਤੇ ਆਏ ਸੀ। ਅੱਛਾ, ਹਾਂਜੀ। ਕਿੰਨੇ ਦਿਨ ਹੋ ਗਏ ਆਇਆਂ ਨੂੰ ਜੀ? ਕਾਫੀ ਟਾਈਮ ਹੋ ਗਿਆ, ਪਿੱਛੇ ਐਮ ਪੀ ਸੀਜ਼ਨ ਲਾ ਕੇ ਆਇਆ, ਹੁਣ ਇੱਥੇ ਲਾਉਣਾ ਸੀ। ਉਰੇ ਆਇਆਂ ਨੂੰ ਕਿੰਨੇ ਦਿਨ ਹੋ? ਇੱਥੇ ਤਾਂ 4 ਕੁ ਦਿਨ ਹੀ ਹੋਏ ਆ। ਅਤੇ ਕਿੰਨੀ ਕੁ ਉਮਰ ਸੀ ਇਹਦੀ? ਇਹਨਾਂ ਦੀ ਉਮਰ 40 ਦੇ ਆਸ ਪਾਸ ਸੀ। ਗਏ ਹੋਏ ਨੇ? ਹਾਂਜੀ, ਬੱਚੇ ਆ 3 ਛੋਟੇ ਛੋਟੇ। ਕੁੱਤਿਆਂ ਦਾ 12 ਕੁੱਤੇ ਨੇ ਜੀ ਸਾਡੇ ਇੱਥੇ, ਪਹਿਲਾਂ ਵੀ ਕਈ ਉਹ ਹੋ ਗਏ ਇੱਥੇ, ਪਿੱਛੇ ਜੇ ਵੀ ਇੱਕ ਬਜ਼ੁਰਗ ਨੂੰ ਵੀ, ਮੇਰਾ ਖਿਆਲ ਇੱਕ ਬੱਚੇ ਨੂੰ ਵੀ, ਇੱਕ ਬੱਚੇ ਨੂੰ ਵੀ, ਹਾਂ ਉਹ ਵੀ ਇੱਕ ਨੇ ਮਾਰਤੇ ਜੀ, ਤੇ ਵੱਡੇ ਵੀ ਨੇ ਕਈ ਸਾਡੇ ਪਿੰਡ ਦੇ 2, ਉਹਨਾਂ ਦੇ ਬਹੁਤ ਬਹੁਤ ਦੰਦ ਨੇ। ਇੱਕ ਸਰਾਜਪੁਰ ਦਾ ਹੁਣੇ 3-4 ਦਿਨ ਪਹਿਲਾਂ ਉਹਦਾ ਵੀ ਬਹੁਤ ਨੋਚ ਕੇ ਖਾ ਲਿਆ, ਉਹ ਪਿੰਡ ਦਿਆਂ ਨੇ ਬਚਾ ਲਿਆ ਜਿਹਨੇ, ਇੱਕ ਪਹਿਲਾਂ ਉਦੋਂ ਸਰਾਜਪੁਰ ਦਾ। ਇੱਥੇ ਤਾਂ ਸਾਡੇ ਇਕੱਲੇ ਬੰਦੇ ਦਾ ਨਿਕਲਣਾ ਦੁੱਬਰ ਹੋਇਆ ਪਿਆ, ਪਿੰਡ ਵਾਲਿਆਂ ਵੱਲੋਂ ਬਸ ਆਪਦਾ ਡੰਡਾ ਲੈ ਕੇ ਨਿਕਲਦੇ ਆ, ਹੋਰ ਕੁਛ ਨਹੀਂ, ਇਕੱਲਾ ਬੰਦਾ ਨਹੀਂ ਆਉਂਦਾ ਛੇਤੀ। ਸਾਡੇ ਪਿੰਡ 'ਚ ਤਾਂ ਮਾਹੌਲ ਬਹੁਤ ਡਰ ਦਾ ਮਾਹੌਲ ਬਣਿਆ ਪਿਆ ਪਿੰਡਾਂ 'ਚ। ਨਾ ਜੀ, ਸਾਡੇ ਆਪਦੇ ਬੰਦੇ ਨੀ ਖੇਤ ਨਿਕਲਦੇ ਹੈਗੇ, ਦੂਏ ਨੇ ਕੀ ਆਉਣਾ।
ਆਪਦੇ ਦੋ ਹੋ ਕੇ ਆਉਂਦੇ ਹਾਂ। ਹੁਣ ਤਾਂ ਸਾਨੂੰ ਐਂ ਸੀ ਵੀ ਥੋੜ੍ਹਾ ਜਿਹਾ ਵੀ ਵਾਢੀ ਸ਼ੁਰੂ ਹੋ ਗਈ, ਬੰਦੇ ਫਿਰਦੇ ਨੇ ਇੱਕ ਦੂਜੇ ਨੂੰ ਦੀਂਦਾ, ਪਰ ਪਹਿਲਾਂ ਤਾਂ ਜਾਂ ਕਣਕਾਂ ਹਰੀਆਂ ਖੜੀਆਂ ਤੇ ਨਿਕਲਣਾ ਹੀ ਬਹੁਤ ਉੱਪਰ ਹੋਇਆ ਪਿਆ ਸੀ। ਕੁੱਤੇ ਫਿਰ ਕਿੰਨੇ ਕੁ ਨੇ? ਆਹ ਫਿਰਦੇ ਨੇ ਜੀ, ਖਾਸੇ ਨੇ, ਆਹ ਬੈਠੇ ਨੇ ਇੱਥੇ, ਕਿਹੜਾ ਦੂਰ ਜਾ। ਹਾਂ, ਭੱਜਦੇ ਨੀ ਹੈਗੇ, 30-40 ਕੁੱਤਿਆਂ ਦਾ ਝੁੰਡ ਹੈ। ਹਾਂ, ਭੱਜਦੇ ਭੁੱਜਦੇ ਨੀ ਹੈਗੇ ਇਹ ਬੰਦਿਆਂ ਤੋਂ। ਉੱਥੇ ਕੀ ਕਰਦੇ ਹੋ ਤੁਸੀਂ ਫਿਰ? ਅਸੀਂ ਇਹ ਕੁੱਤਿਆਂ ਬਾਰੇ ਮੰਗ ਕਰਦੇ ਸਰਕਾਰ ਤੋਂ ਵੀ ਇਹਨਾਂ ਦਾ ਕੋਈ ਮਸਲਾ ਹੱਲ ਹੋਵੇ, ਸਾਡੇ ਬੰਦਿਆਂ ਦਾ ਕੀ ਬਣ, ਕੁੱਤਿਆਂ ਦੀ ਤਾਂ ਕੀਮਤ, ਬੰਦੇ ਦੀ ਕੋਈ ਕੀਮਤ ਹੀ ਨਹੀਂ ਹੈ। ਉਹ ਉੱਥੇ ਵੱਢਿਆ ਪਹਿਲਾਂ ਇੱਕ ਆਹ ਉਰੇ ਛੱਡੇ ਲਵੇ, 3-4 ਬੰਦਿਆਂ ਨੇ ਛਡਾਇਆ ਸੀ ਉਹ ਪਟਿਆਲੇ ਰਜਿੰਦਰਾ, ਸਭ ਦੇ ਇਲਾਜ ਹੋਏ ਹੋਏ ਨੇ, ਸਾਰਾ ਗੌਰਮੈਂਟ ਦੇ ਰਿਕਾਰਡ 'ਚ ਨੇ ਵੀ ਸਾਡੇ ਬੰਦੇ ਕਿੰਨੇ ਵੱਢੇ ਗਏ ਇੱਥੋਂ, ਕਿੰਨੇ ਉਹ ਹੋ ਗਏ।